ਪੰਜਾਬੀ ਦੀ ਨਜ਼ਮ ਆ ਜੀ, ਅੱਜ ਕੱਲ੍ਹ ਦੇ ਜਵਾਨ ਪੰਜਾਬੀ ਤੋਂ ਦੂਰ ਹੋਈ ਜਾਂਦੇ ਆ, ਉਹਨਾਂ ਵਾਸਤੇ ਮੇਰੀ ਨਜ਼ਮ ਆ। ਮੈਨੂੰ ਕਈਆਂ ਨੇ ਆਖਿਆ ਤੇ ਕਈ ਵਾਰੀ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ, ਜਿਹਦੀ ਗੋਦ ਵਿੱਚ ਪੜ ਕੇ ਜਵਾਨ ਹੋਇਆ ਉਹ ਮਾਂ ਛੱਡ ਦੇ, ਗਰਾਂ ਛੱਡ ਦੇ, ਜੇ ਤੂੰ ਪੰਜਾਬੀ ਪੰਜਾਬੀ ਕੂਕਣਾ ਏ, ਜਿੱਥੇ ਖੜਾ ਖਲੋਤਾ ਥਾਂ ਛੱਡ ਦੇ। ਮੈਨੂੰ ਇੰਜ ਲੱਗਦਾ ਏ, ਲੋਕ ਆਖਦੇ ਨੇ ਉਹ ਪੁੱਤਰਾ ਆਪਣੀ ਤੂੰ ਮਾਂ ਛੱਡ ਦੇ, ਲੈਣਾ ਪੰਜਾਬੀ ਦਾ ਨਾਂ ਛੱਡ। ਅਸਲਾਮ ਵਾਲੇਕੁਮ ਜੀ, ਸਤਿ ਸ਼੍ਰੀ ਅਕਾਲ, ਪ੍ਰਣਾਮ। ਅਸੀਂ ਅੱਜ ਪਹੁੰਚੇ ਹਾਂ ਜੀ ਚੱਕ ਨੰਬਰ 148 ਗਾਬੇ ਚੋਲਾ, ਗਗੇਰਾ ਬ੍ਰਾਂਚ ਵਿੱਚ ਇਹ ਪਿੰਡ ਪੈਂਦਾ ਆ ਜੀ। ਸਾਡੇ ਨਾਲ ਆ ਸਾਡੇ ਭਾਈ ਅਸਦ ਸਾਹਿਬ। ਅੱਜ ਅਸੀਂ ਤਿੰਨ ਜ਼ਿਲ੍ਹੇ ਇਕੱਠੇ ਕਰ ਦਿੱਤੇ ਆ, ਲੁਧਿਆਣਾ, ਜਲੰਧਰ ਅਤੇ ਹੁਸ਼ਿਆਰਪੁਰ। ਇਹ ਤਿੰਨ ਜ਼ਿਲ੍ਹਿਆਂ ਦੇ ਬੰਦੇ ਇੱਕੋ ਹੀ ਮੰਜੇ 'ਤੇ ਤੁਹਾਨੂੰ ਬੈਠੇ ਨਜ਼ਰ ਆ ਰਹੇ ਆ। ਅੱਜ ਗੱਪਸ਼ਪ ਲਾਉਣੀ ਆ। ਅਸਦ ਬਾਈ ਹੁਣਾਂ ਦਾ ਵੀ ਟਿਕਟੋਕ ਅਕਾਊਂਟ ਆ, ਇਹਨਾਂ ਦਾ ਯੂਟਿਊਬ ਚੈਨਲ ਵੀ ਆ, ਉਹ ਵੀ ਨਾਮ ਹੀ ਦੱਸਣਗੇ ਆਪਣਾ। ਤੇ ਬਹੁਤ ਥੋੜੇ ਦਿਨਾਂ ਵਿੱਚ ਨਾ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਨ ਲੱਗ ਪਏ ਆ। ਤੇ ਪਹਿਲੇ ਤਾਂ ਜੀ ਅਸਲਾਮ ਵਾਲੇਕੁਮ ਤੁਹਾਨੂੰ। ਵਾਲੇਕੁਮ ਸਲਾਮ ਜੀ, ਤੁਹਾਡੇ ਪਿੰਡ ਆਏ, ਪਿੰਡ ਤੁਹਾਡਾ ਬਹੁਤ ਸੋਹਣਾ ਆ। ਇਹ ਆਪਣਾ ਪੂਰਾ ਦੱਸੋ, ਤਾਰਫ ਕਰਾਓ ਆਪਣਾ। ਬਾਈ ਜੀ, ਮੇਰਾ ਨਾਂ ਅਸਦ ਮਹਿਮੂਦ ਲੁਧਿਆਣੀ ਆ, ਤੇ ਪਿੰਡ ਦਾ ਸਾਡੇ ਦਾ ਨਾਂ 148 ਗਾਬੇ ਚੋਲਾ ਜੀ। ਤੇ ਇਹ ਤਕਰੀਬਨ ਸਾਡੇ ਪਿੰਡ ਦੇ ਵਿੱਚ ਜ਼ਿਆਦਾ ਕੌਮ ਜਿਹੜੀ ਆ ਉਹ ਰਾਈ ਬਰਾਦਰੀ ਰਹਿੰਦੀ ਆ, ਜੱਟ ਵੀ ਆ, ਰਾਜਪੂਤ ਵੀ ਆ। ਤੇ ਇਹ ਯਾਨੀ ਕਿ ਜਿਹੜੀ ਸਾਡੇ ਪਿੰਡ ਦੀ ਜ਼ਿਆਦਾ ਵੱਡੀ ਬਰਾਦਰੀ ਉਹ ਰਾਈ ਬਰਾਦਰੀ ਹੈ ਜਿਹੜੀ ਇਹਦੇ ਵਿੱਚ ਰਹਿੰਦੀ ਹੈ। ਤੇ ਪਿੰਡ ਮਾਸ਼ਾਅੱਲਾ ਬੜਾ ਸਾਫ਼ ਸੁਥਰਾ ਵਾ, ਬੜਾ ਇਕੱਠਾ ਲੋਕਾਂ ਦਾ, ਤੇ ਬਹੁਤ ਵਧੀਆ, ਤੁਸੀਂ ਦੇਖੋਗੇ ਵੀ, ਤੇ ਬਹੁਤ ਵਧੀਆ ਪਿੰਡ ਆ। ਪਿਛਲਾ ਪਿੰਡ ਆਪਣਾ ਕਿਹੜਾ ਸੀਗਾ? ਪਿਛਲਾ ਪਿੰਡ ਬਾਈ ਮੇਰਾ ਪਿੱਛੇ ਜਿਹੜਾ ਸਾਡਾ ਦੇਸ਼ ਦਾ ਪਿੰਡ ਆ ਜੀ, ਉਹ ਹੈ ਸਹੌਲੀ ਪਿੰਡ ਆ ਜੀ। ਤੇ ਜਿਹੜੇ ਸਾਡੇ ਦਾਦੇ ਪੜਦਾਦੇ ਸੀ ਉਹ ਦੇਸ਼ ਚੋਂ ਉੱਠ ਕੇ ਸਹੌਲੀ ਪਿੰਡ ਚੋਂ ਆਏ ਸੀ, ਜ਼ਿਲ੍ਹਾ ਲੁਧਿਆਣਾ ਜੀ, ਤਹਿਸੀਲ ਜਗਰਾਵਾਂ ਜੀ। ਸ਼ੇਰ ਆ ਨਾ ਜੀ ਪੰਜਾਬੀ ਦਾ, ਕਹਿੰਦੇ ਕਿ ਤੁਰ ਗਿਆ ਲੋਕ ਸਿਆਣੇ ਬੀਬਾ, ਪਿੱਪਲਾਂ ਥੱਲੇ ਹੁੱਕੇ ਰਹਿ ਗਏ, ਹੁੱਕੇ ਹੁਣ ਪੀਣ ਵਾਲੇ ਬਾਈ ਥੋੜੇ ਰਹਿ ਗਏ ਬੰਦੇ। ਅੱਛਾ, ਹੁੱਕੇ ਦੀ ਗੱਲ ਕਰਦੇ ਸੀ, ਜਿੱਥੇ ਬੰਦਾ ਰੱਖ ਕੇ ਬਹਿ ਜਾਂਦਾ ਸੀ ਉੱਥੇ ਤਾਂ ਐਵੇਂ ਰੌਣਕ ਲੱਗ ਜਾਂਦੀ ਸੀ, ਲੰਘਦਾ ਵੜਦਾ ਜਾਣ ਦਾ। ਅੱਛਾ, ਇਹ ਵਾਹ ਚੀਜ਼ ਸੀ ਜਿਹਨੂੰ ਪੀਣ ਲਈ ਕੋਈ ਤਾਰਫ ਕਰਾਉਣ ਦੀ ਲੋੜ ਨਹੀਂ ਸੀ, ਬੰਦਾ ਤੁਰਾ ਜਾਂਦਾ ਬੈਠਾ ਅਗਲਾ ਜਗ੍ਹਾ ਦਿੰਦਾ, ਵਪਾਰੀ ਮੋੜ ਵੀ ਉਹ ਬੜਾ ਪੀਣ ਲੱਗ ਪੈਂਦਾ ਸੀ। ਹੁੱਕਾ ਤੇ ਮੁਹੱਬਤ ਦੀ ਨਿਸ਼ਾਨੀ ਸਮਝਿਆ ਜਾਂਦਾ ਸੀਗਾ, ਸਾਂਝ ਸੀ, ਕੱਟ ਦੀ, ਹਾਂ ਸਾਂਝ ਦੀ। ਅਗਲਾ ਆਪੇ ਮੋੜ ਦਿੰਦਾ ਸੀ, ਪਤਾ ਹੀ ਹੁੰਦਾ ਸੀ ਆਪੇ ਖੰਗ ਖੰਗ ਮਰ ਜੂ ਅਗਲੇ ਸਾਲ। ਤੇ ਪਾਸ਼ਾ ਸਾਹਿਬ ਨੂੰ ਤੁਸੀਂ ਕਦੋਂ ਦੇ ਜਾਣਦੇ ਆ? ਪਾਸ਼ਾ ਜੱਟ ਸਾਹਿਬ ਨੂੰ ਤਕਰੀਬਨ ਮੇਰਾ ਖਿਆਲ ਆ ਜੀ ਕੋਈ 2 ਮਹੀਨੇ ਹੋ ਗਏ ਪਾਸ਼ਾ ਜੱਟ ਸਾਹਿਬ ਤੁਹਾਡਾ ਗੱਲਬਾਤ ਹੋਈ। ਪਾਸ਼ੇ ਬਾਈ ਕੋਈ ਚੱਕਰ ਗਏ ਅਸੀਂ, ਲਾਇਆ ਸੀ ਉੱਥੇ, ਮੈਂ ਬਾਈ ਉਮਰ ਹੁਣੀ ਗਏ ਸੀ ਉੱਥੇ, ਮਿਲ ਕੇ ਆਏ ਪਾਸ਼ੇ ਹੁਣਾਂ ਨਾਲ, ਬਾਈ ਮੁਲਾਕਾਤ ਹੋਈ ਹੈ। ਤੁਹਾਡੀ ਤਾਲੀਮ ਤਾਂ ਜਿਹੜੀ ਬੜੇ ਅੱਛੇ ਅੱਛੇ ਅਦਾਰਿਆਂ ਦੀ, ਤੇ ਪੰਜਾਬੀ ਵੱਲ ਕਿਸ ਤਰ੍ਹਾਂ ਤੁਹਾਡਾ ਦਿਲ ਕੀਤਾ ਵੀ? ਅਸਲ ਦੇ ਵਿੱਚ ਬਾਈ ਪੰਜਾਬੀ ਇਹ ਆ ਕਿ ਪੰਜਾਬੀ ਨਾਲ ਲਗਾਓ ਇਸ ਵਾਸਤੇ ਕਿ ਸਾਡੇ ਦਾਦੇ ਪੜਦਾਦੇ ਪੰਜਾਬੀ, ਸਾਡੇ ਵਾਲਦ ਪੰਜਾਬੀ। ਜਦੋਂ ਅਸੀਂ ਅੱਖ ਖੋਲੀ ਆ ਤੇ ਅਸੀਂ ਪੰਜਾਬੀਆਂ ਦੇ ਘਰ ਪੈਦਾ ਹੋਏ ਨਾ, ਅਸੀਂ ਪੰਜਾਬੀ ਆਪਣੇ ਵਾਲਦਿਆਂ ਤੋਂ ਸਿੱਖੀ ਆ, ਅਸੀਂ ਮਾਹੌਲ ਚੋਂ ਪੰਜਾਬੀ ਦੇਖੀ ਆ, ਤੇ ਪੰਜਾਬੀ ਬੜੀ ਪਿਆਰ ਮੁਹੱਬਤ ਵਾਲੀ ਜ਼ਬਾਨ ਆ। ਤੇ ਪੰਜਾਬੀ ਨਾਲ ਮੈਂ ਬਹੁਤ ਸਾਰੀ ਵੀਡੀਓ ਲੋਕਾਂ ਦੀਆਂ ਵੀ ਦੇਖਦਾ, ਲੇਕਿਨ ਪੰਜਾਬੀ ਨਾਲ ਨਾ ਜਿਵੇਂ ਬੰਦੇ ਲੱਗਦੇ ਹੁੰਦੇ, ਕੋਈ ਐਸੀਆਂ ਵੀਡੀਓ ਮੈਂ ਦੇਖੀਆਂ ਆਈਆਂ, ਲੇਕਿਨ ਮੈਂ ਇਹ ਕਹਿੰਦਾ ਕਿ ਇਹ ਗੱਲ ਕੋਈ ਨਹੀਂ ਹੈਗੀ। ਪੰਜਾਬ ਅਗਰ ਦੇਖਿਆ ਜਾਏ ਤੇ ਸਭ ਤੋਂ ਵੱਡਾ ਸੂਬਾ ਚੜ੍ਹਦਾ ਤੇ ਲਹਿੰਦਾ ਪੰਜਾਬ ਹੀ ਆ। ਲੇਕਿਨ ਇੱਕ ਤਾਰ ਪੈ ਗਈ ਆ ਸਾਡੇ ਦਰਮਿਆਨ ਦੇ ਵਿੱਚ, ਸੂਬਾ ਸਾਡਾ ਪੰਜਾਬ ਹੀ ਆ, ਰਾਜ ਵਾਲਾ ਪੰਜਾਬ ਹੀ ਆ, ਲੇਕਿਨ ਹੁਣ ਅਸੀਂ ਪੰਜਾਬੀ ਤੋਂ ਦੂਰ ਜਾਈ ਜਾਂਦੇ ਹਾਂ। ਲੇਕਿਨ ਇਨਸ਼ਾਅੱਲਾ ਹੁਣ ਸਾਰੇ ਵੀਰ ਜਿਵੇਂ ਤੁਸੀਂ ਲੱਗੇ ਹੋ, ਪਾਸ਼ਾ ਸਾਹਿਬ ਆ, ਹੋਰ ਵੀ ਹੈਗੇ ਆ, ਪੰਜਾਬੀ ਨੂੰ ਪ੍ਰਮੋਟ ਕਰਦੇ ਆ, ਮੁਹੱਬਤ ਵਧਾਉਂਦੇ ਆ,
ਇਹ ਬਹੁਤ ਵੱਡੀ ਗੱਲ ਆ। ਹਰ ਬੰਦਾ ਤੇ ਪੰਜਾਬੀ ਤੋਂ ਦੂਰ ਜਾ ਰਿਹਾ, ਅਸੀਂ ਪੰਜਾਬੀ ਖਾਨਦਾਨਾਂ ਦੇ ਆ, ਪੰਜਾਬ 'ਚ ਪੈਦਾ ਹੋਣ ਵਾਲੇ ਹਾਂ। ਹੁਣ ਸਾਡਾ ਟੋਭਾ ਜਿਹੜਾ ਜ਼ਿਲ੍ਹਾ ਟੋਭਾ ਟੇਕ ਸਿੰਘ, ਖਾਸ ਕੱਟੜ ਆਪਣਾ ਸਿੰਘ ਦੇ ਨਾਂ ਤੇ ਬਣਿਆ ਹੋਇਆ ਜੀ, ਟੇਕ ਸਿੰਘ ਦੇ ਨਾਂ ਟੋਭਾ ਟੇਕ ਸਿੰਘ ਬੜਾ ਨਾਮ ਪਿੰਡ ਆ ਜੀ ਸਾਡਾ, 148 ਗਾਹ ਵਿਚੋਲਾ, ਇਹ ਵੀ ਪੁਰਾਣਾ ਪੰਜਾਬ ਦਾ ਪਿੰਡ। ਇੱਥੇ ਬਹੁਤ ਸਾਰੇ ਸਿੱਖ ਰਹਿੰਦੇ ਸੀ ਜਿਹੜੇ ਉੱਠ ਕੇ ਚਲੇ ਗਏ। ਹਾਂਜੀ ਬਿਲਕੁਲ, ਤੇ ਅੱਜ ਵੀ ਉਹਨਾਂ ਦੀਆਂ ਕੁਛ ਨਾ ਕੁਛ ਅਲਾਮਤਾਂ ਜਿਹੜੀਆਂ ਬਿਲਕੁਲ ਹੈਗੀਆਂ, ਬਿਲਕੁਲ ਹੈ। ਹੁਣ ਹੀ ਥੋੜੇ ਜਿਹੇ ਅਪਗ੍ਰੇਡੇਸ਼ਨ ਹੋਈ ਹੈ ਜੀ, ਲੋਕਾਂ ਨੇ ਮਕਾਨ ਸ਼ਕਾਨ ਬਣਾਏ ਆ, ਨਹੀਂ ਤੇ ਸਰਦਾਰਾਂ ਦੀਆਂ ਅੱਜ ਵੀ ਅਲਾਮਤਾਂ ਹੈਗੀਆਂ। ਆ ਪਿੱਛੇ ਦੇ ਤਕਰੀਬਨ ਸਾਲ ਡੇਢ ਸਾਲ ਪਹਿਲਾਂ ਵੀ ਕੋਈ ਸੰਗਤ ਆਈ ਸੀ ਇੱਥੇ ਦਰਬਾਰ ਦੇ ਕੋਲੇ, ਇੱਥੇ ਬਾਬਾ ਜਾਫਰ ਸ਼ਾਹ ਦਰਬਾਰ ਆ, ਉਹਨਾਂ ਦੇ ਲਾਗੇ ਛਾਗੇ ਘਰ ਹੈਗੇ ਉਹਨਾਂ ਦੇ, ਉੱਥੇ ਵੀ ਮਿਲ ਕੇ ਗਏ ਆ, ਆਉਂਦੇ ਜਾਂਦੇ ਰਹਿੰਦੇ ਆ। ਅੱਛਾ, ਬਹੁਤ ਸਾਰੇ ਸਾਡੇ ਜਿਹੜੇ ਯਾਰ ਬੇਲੀ ਮਿੱਤਰ ਜਿਹੜੇ ਆ ਨਾ, ਉਹ ਪੰਜਾਬੀ ਤੇ ਕੰਮ ਕਰਦੇ ਆ, ਵਿੱਚ ਤਾਂ ਬਹੁਤ ਸੀਰੀਅਸ ਆ, ਜਾਣੀ ਕਿ ਜਿਹੜੇ ਦਿਲੋਂ ਚਾਹੁੰਦੇ ਪੰਜਾਬੀ ਦਾ ਰਾਜ ਹੋਵੇ। ਬਿਲਕੁਲ, ਕਿੱਦਾਂ ਕਈ ਵਾਰੀ ਏਦਾਂ ਦੇ ਬੰਦੇ ਵੀ ਆ ਜਾਂਦੇ ਜਿਹੜੇ ਉਹ ਚੱਲਦੀ ਚਾਲ ਚ ਨਾ ਆਪਣੀ ਦੁਕਾਨਦਾਰੀ ਲਾਉਣ ਵਾਲੇ ਹੁੰਦੇ ਆ, ਇਹ ਬਹੁਤੇ ਆ, ਬਹੁਤੇ ਆ ਬਾਈ, ਇਹ ਔਰ ਉਹ ਬਹੁਤ ਛੇਤੀ ਅੱਗੇ ਤੱਕ ਪਹੁੰਚ ਜਾਂਦੇ ਆ, ਕਿਉਂਕਿ ਉਹਨਾਂ ਦਾ ਮਕਸਦ ਆ ਇੱਕ ਕਿ ਅਸੀਂ ਕਾਰੋਬਾਰ ਨੂੰ ਕਾਰੋਬਾਰ ਦੇ ਤੌਰ ਤੇ ਲੈਂਦੇ, ਔਰ ਉਹਨਾਂ ਦੇ ਘਰਾਂ ਵਿੱਚ ਉਰਦੂ ਆ, ਪੰਜਾਬੀ ਨਹੀਂ ਹੈਗੀ। ਬਿਲਕੁਲ ਬਾਈ, ਪਾਸ਼ਾ ਕਹਿੰਦਾ ਹੁੰਦਾ ਵਾ ਬਈ ਅਸੀਂ ਖਾਸ ਆਪਣੀ ਬੋਲੀ ਪ੍ਰਮੋਟ ਕਰਦੇ ਆ, ਅਸੀਂ ਪਿੱਛੇ ਆ, ਤੇ ਜਿਹੜੇ ਲੋਕਾਂ ਦੇ ਗਾਣਿਆਂ ਤੇ ਮੂੰਹ ਹਿਲਾ ਕੇ ਨਾ, ਉਹ ਕਿਤੇ ਦੀ ਕਿਤੇ ਚਲੇ ਗਏ। ਸਿਰਫ ਉਹਨਾਂ ਨੇ ਮੂੰਹ ਹਿਲਾਇਆ, ਅਸੀਂ ਤਾਂ ਆਪਣੀ ਜ਼ਬਾਨ, ਆਪਣੀ ਮਿਹਨਤ ਕਰ ਰਹੇ ਆ, ਮਿਹਨਤ ਕਰਦੇ ਆ, ਸਾਰਾ ਕੁਝ ਕਰ ਰਹੇ ਆ, ਲੋਕ ਤਾਂ ਮੂੰਹ ਹਿਲਾ ਕੇ ਅੱਜ ਕੱਲ ਕਰਕੇ ਉਹ ਬਹੁਤ ਅੱਗੇ ਚਲੇ ਗਏ, ਅੱਗੇ ਚਲੇ ਗਏ। ਬਿਲਕੁਲ, ਦੇਖੋ ਗੱਲਾਂ ਬਾਤਾਂ ਕਿਸੇ ਦੀਆਂ, ਹਾਂ, ਮਸ਼ਹੂਰੀ ਕਿਸੇ ਹੋਰ, ਮਸ਼ਹੂਰੀ ਕਿਸੇ ਹੋਰ, ਇਹ ਇੱਕ ਬੜਾ ਅਲਮੀਆ ਆ, ਇੱਕ ਸੋਚਣ ਦਾ ਮੁਕਾਮ ਆ ਕਿ ਜਿਹੜੇ ਬੰਦੇ ਹੁਣ, ਮੈਂ 2015 ਤੋਂ ਸ਼ੁਰੂ ਹੋਇਆ ਸੀ, ਮਾਸ਼ਾਅੱਲਾ, ਬੜੀ ਬੜਾ ਲੰਮਾ ਸਫ਼ਰ, ਬੜਾ ਲੰਬਾ ਸਫ਼ਰ ਆ ਪਾਕਿਸਤਾਨ ਤੋਂ। ਉਦੋਂ ਯੂਟਿਊਬ ਬੈਨ ਸੀ ਜਦੋਂ ਅਸੀਂ ਕੰਮ ਸ਼ੁਰੂ ਕੀਤਾ, ਬਾਹਰੋਂ ਅਕਾਊਂਟ ਬਣਾਇਆ, ਫਿਰ ਹੌਲੀ ਹੌਲੀ 2-2.5 ਸਾਲ ਬਾਅਦ ਜਾ ਕੇ ਕੋਈ ਵੀਡੀਓ ਜਿਹੜੀ ਵਾਇਰਲ ਹੋਈ ਸੀਗੀ, ਪਰ ਮੈਂ ਸਮਝਦਾ 2-2.5 ਸਾਲ ਤੁਸੀਂ ਇਸ ਤਰ੍ਹਾਂ ਬਹਿਣਾ ਬੜੀ ਗੱਲ ਆ, ਲੋਕਾਂ ਦੇ ਮੂੰਹ ਹਿਲਾ ਕੇ ਲੋਕ ਕਿਤੇ ਦੀ ਕਿਤੇ ਚਲੇ ਗਏ। ਜਿਹੜੇ ਬੰਦੇ ਖਾਲਸ ਮਿਹਨਤ ਕਰਦੇ ਆ, ਟਾਈਮ ਤਾਂ ਲੱਗਦਾ, ਲੇਕਿਨ ਚੀਜ਼ ਤਾਂ ਬਾਈ ਦੇਰ ਪਾ ਨਾ, ਦੇਰ ਪਾ ਚੀਜ਼ ਨਾ ਹੋਈ। ਹਾਂ, ਬਹੁਤ ਸਾਰੇ ਲੋਕ ਸਾਡੇ ਐਸੇ ਹੈਗੇ ਆ, ਦੇਖੋ ਸਾਡਾ ਮਕਸਦ ਕਿਸੇ ਨੂੰ ਨੀਵਾਂ ਦਿਖਾਉਣਾ ਜਾਂ ਕਿਸੇ ਦੀ ਨਕੀਦੀ ਕਰਨ ਵਾਲੀ ਗੱਲ ਨਹੀਂ ਹੈਗੀ, ਲੇਕਿਨ ਕਮ ਅਜ਼ ਕਮ ਇੰਨੇ ਦਾ ਮੁਖਲਸ ਹੋ ਜਾਓ ਕਿ ਆਪਣੇ ਬੱਚਿਆਂ ਨੂੰ ਤਾਂ ਉਹਨਾਂ ਨੂੰ ਪੰਜਾਬੀ ਬੋਲੋ। ਬਿਲਕੁਲ ਬਈ, ਅਗਰ ਤੁਸੀਂ ਪੰਜਾਬੀ ਦਾ ਪ੍ਰਚਾਰ ਕਰਦੇ ਆ ਤੇ ਪੰਜਾਬੀ ਉੱਥੇ ਤੱਕ ਤੇ ਠੀਕ ਆ, ਲੇਕਿਨ ਆਪਣੇ ਘਰ 'ਚ ਜਾ ਕੇ ਤੁਸੀਂ ਆਪਣੇ ਬੱਚਿਆਂ ਨਾਲ ਉਰਦੂ ਬੋਲਦੇ ਆ ਜਾਂ ਕਿਸੇ ਨਾਲ ਟੈਲੀਫੋਨ 'ਤੇ ਗੱਲ ਕਰਦੇ ਆ, ਇਦਾਂ ਹੀ ਕੁਛ ਸਾਨੂੰ ਜਿੱਥੋਂ ਵੀ ਕਾਲ ਆਵੇ, ਬੈਂਕ 'ਚੋਂ ਆਵੇ, ਕਹਿੰਦਾ ਅਸੀਂ ਭਾਈ ਜੀ ਸਿੱਧਾ ਪੰਜਾਬੀ 'ਚ ਗੱਲ ਕਰੀ ਦੀ ਉਹਨਾਂ ਨਾਲ। ਬਈ ਅਸੀਂ ਮਾਸ਼ਾਅੱਲਾ ਪੜ੍ਹੇ ਲਿਖੇ ਆ, ਸਾਰੇ ਦੋਸਤ ਪੜ੍ਹੇ ਲਿਖੇ ਆ, ਕੋਈ ਘੱਟ ਪੜ੍ਹਿਆ ਨਹੀਂ ਹੈਗਾ, ਲੇਕਿਨ ਰੌਲਾ ਆ ਵੀ ਅਸੀਂ ਆਪ ਕਈ ਵਾਰੀ ਗੱਲ ਜੇ ਕੋਈ ਅੱਗੇ ਉਰਦੂ ਬੋਲੇ ਨਾ, ਕੋਸ਼ਿਸ਼ ਕਰੀਦੀ ਪੰਜਾਬੀ 'ਚ ਗੱਲ ਕਰੇ, ਉਰਦੂ 'ਚ ਸਾਡੇ ਕੋਲ ਬਾਈ ਗੱਲ ਹੀ ਨਹੀਂ ਹੁੰਦੀ, ਗੱਲ ਹੀ ਨਹੀਂ। ਸਹੀ ਗੱਲ ਆ, ਜੇ ਅਸੀਂ 2 ਬੋਲ ਲੈ ਨਾ, ਲਫ਼ਜ਼ ਬੋਲ ਲਿਆ, ਤੀਸਰੇ ਲਫ਼ਜ਼ 'ਤੇ ਅਸੀਂ ਫਸ ਜਾਂਦੇ, ਕਿਉਂਕਿ ਸਾਡੀ ਜਿਹੜੀ ਅਸੀਂ ਚੀਜ਼ ਆਪਣੇ ਅੰਦਰ ਸਹੀ ਜਿਹੜਾ ਅਸੀਂ ਸਮਝਾਉਣਾ ਚਾਹੁੰਦੇ ਹਾਂ, ਗੱਲ ਕਰਨਾ ਚਾਹੁੰਦੇ, ਉਹ ਪੰਜਾਬੀ ਹੋਈ। ਦੇਖੋ ਜੀ, ਤੁਸੀਂ ਆਪਣੀ ਖੁਸ਼ੀ ਦਾ ਆਧਾਰ, ਆਪਣੇ ਗੁੱਸੇ ਦਾ ਆਧਾਰ ਤੁਸੀਂ ਪੰਜਾਬੀ ਤੋਂ ਬਗੈਰ ਨਹੀਂ ਕਰ ਸਕਦੇ। ਜਿੰਨੇ ਮਰਜ਼ੀ ਤੁਸੀਂ ਪੜ੍ਹੇ ਲਿਖੇ ਆ ਨਾ, ਜਦੋਂ ਤੁਸੀਂ ਆਪਣੀ ਖੁਸ਼ੀ ਦਾ ਆਧਾਰ ਕਰਨਾ ਨਾ, ਤੁਸੀਂ ਪੰਜਾਬੀ ਬੋਲਣੀ ਬੋਲਣੀ ਬੋਲਣੀ। ਬਿਲਕੁਲ, ਤੁਸੀਂ ਗੁੱਸੇ 'ਚ ਆ ਗਏ ਨਾ, ਤੇ ਜੇ ਤੁਸੀਂ ਨੂੰ ਗੁੱਸੇ 'ਚ ਗਾਲ ਹੀ ਨਿਕਲਦੀ ਹੁੰਦੀ, ਤੁਸੀਂ ਉਰਦੂ 'ਚ ਕੱਢ ਕੇ ਦੱਸੋ। ਉਰਦੂ 'ਚ ਗਾਲ ਹੈ ਹੀ ਨਹੀਂ ਬਾਈ, ਪੰਜਾਬੀ ਵੱਲੋਂ ਪੰਜਾਬੀਆਂ ਨੂੰ ਆਉਣਾ ਪੈਣਾ, ਪੰਜਾਬੀਆਂ ਨੂੰ ਆਉਣਾ ਪੈਣਾ, 2-4 ਕੱਢ ਦਿੰਦੇ ਆ, ਪੱਕਾ ਪਤਾ ਲੱਗ ਜੂ ਵੀ ਉਹ ਹੀ ਹੈ। ਹਾਂ, ਖਾਲਸ ਪੰਜਾਬੀ। ਉਹ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਜੀ ਕਿ ਉਹ ਸਾਡੇ ਕੋਲ ਇੱਕ ਨਾ ਦੋਸਤ ਆਇਆ ਤੇ ਉਹ ਉਹਨਾਂ ਦੀ ਸਾਰੀ ਜਿਹੜੀ ਨਾ ਕਮਿਊਨਿਟੀ ਚਾਚੇ ਤਾਏ ਉਹ 에ਅਰਫੋਰਸ ਦੇ ਵਿੱਚ ਸੀਗੇ, ਜੱਟ ਫੈਮਿਲੀ ਨਾਲ ਤਲਕ ਸੀ। ਉਹ ਕਹਿੰਦਾ ਸੀ ਜਿੰਨੇ ਮਰਜ਼ੀ ਪੜ੍ਹ ਲਈਏ ਨਾ, ਸਾਡੇ ਕਿਤੇ ਨਾ ਕਿਤੇ ਉਹ ਜਿਹੜੀ ਗੱਲ ਆ ਨਾ ਹਾਵੀ ਹੋ ਜਾਂਦੀ ਆ। ਬਿਲਕੁਲ, ਉਹ ਕਹਿੰਦਾ ਅਸੀਂ ਨਾ ਬੈਠੇ ਤੇ ਸਾਡੇ ਤਾਏ ਦੀ ਲੜਾਈ ਹੋ ਪਈ। ਹੁਣ 에ਅਰਫੋਰਸ ਵਿੱਚ ਤਾਂ ਉਰਦੂ ਤੋਂ ਵੀ ਉੱਪਰ ਇੰਗਲਿਸ਼ ਬੋਲੀ ਜਾਂਦੀ ਹੈ, ਬਿਲਕੁਲ ਜ਼ਿਆਦਾ ਲੋਕ ਇੰਗਲਿਸ਼ ਬੋਲਦੇ। ਉਹ ਕਹਿੰਦਾ ਜਦੋਂ ਨਾ ਅਸੀਂ ਉੱਥੇ ਸਾਡੇ ਤਾਏ ਦੀ ਲੜਾਈ ਹੋਈ ਤਾਂ ਅਸੀਂ ਮਹਿਸੂਸ ਹੋ ਰਹੇ ਸੀ ਬੜਾ ਨਾ ਇੰਜੋਏ ਕਰ ਰਹੇ, ਅੰਗਰੇਜ਼ੀ ਦੀ ਵਿੱਚ ਗਾਲਾਂ ਕਿਹੜੀਆਂ, ਬਾਸਟਰਡ, ਬਲੱਡੀ ਫੂਲ, ਜੇ ਵੋ ਹੈ, ਬਸ ਇਹੀ ਦਾਜ ਆ। ਉਹ ਕਹਿੰਦਾ ਕਰਦੇ ਕਰਦੇ ਸਾਡਾ ਤਾਇਆ ਨਾ ਮਾਂ ਦੇ ਭੈਣ ਤੇ ਉਤਰਿਆ, ਧੀ ਦੀ ਮਾਂ ਦੀ ਕਰਨਾ ਪਿਆ, ਕਹਿੰਦਾ ਅਸੀਂ ਫਟਾਫਟ ਖਿੱਚਿਆ ਸੀ ਉਹਨੂੰ ਲੈ ਕੇ ਅੰਦਰ,
ਵੀ ਤਾਇਆ ਸਾਡੀ ਤੂੰ ਇਸ ਕਮਿਊਨਿਟੀ ਵਿੱਚ ਨਾ ਕੁੱਤਿਆ ਕੁੱਤਿਆ ਕਰਵਾਤੀ, ਉਹਨਾਂ ਨੇ ਕਹਿਣਾ ਉਹੀ ਪੇਂਡੂ ਜਾਹਲ ਹੈ। ਉਹ ਕਹਿੰਦਾ ਤੇਰੇ ਕੋਲ ਗਾਲਾਂ ਮੁੱਕੀਆਂ ਸੀ, ਅੰਗਰੇਜ਼ੀ ਮੁੱਕੀ ਸੀ। ਕਹਿੰਦਾ ਪੁੱਤ ਨਾ ਤੇ ਗਾਲਾਂ ਮੁੱਕੀਆਂ ਸੀ, ਨਾ ਤੇ ਨਾ ਹੀ ਅੰਗਰੇਜ਼ੀ ਮੁੱਕੀ, ਪਰ ਮੂੰਹ ਨਹੀਂ ਸੀ ਭਰਦਾ। ਸਵਾਦ ਪੰਜਾਬੀ ਦਾ, ਮਤਲਬ ਉਸ ਕਮਿਊਨਿਟੀ ਚ ਰਹਿ ਕੇ ਪੰਜਾਬੀ ਉੱਤੇ ਹਮਲਾ ਕਰ ਗਈ। ਤੇ ਗੱਲ ਇਹ ਆ ਵੀ ਆਪਾਂ ਨੂੰ ਅਗਰ ਪੰਜਾਬੀ ਦਾ ਪ੍ਰਚਾਰ ਕਰਦੇ ਹਾਂ ਤਾਂ ਕਮ ਅਜ਼ ਕਮ ਆਪਣੇ 5 ਫੁੱਟ ਦੇ ਜਿਸਮ ਤੇ ਪੰਜਾਬੀ ਪਹਿਲੇ ਲਾਗੂ ਕਰੀਏ। ਬਿਲਕੁਲ ਸਹੀ, ਅਸੀਂ ਆਪਣੀ ਫੈਮਿਲੀ ਵਿੱਚ ਕਰੀਏ। ਹੁਣ ਜਿਸ ਤਰ੍ਹਾਂ ਤੁਸੀਂ ਪੰਜਾਬੀ 'ਚ ਗੱਲਾਂ ਪੜ੍ਹੇ ਲਿਖੇ ਆ, ਇੱਕ ਅੱਛੀ ਜੋਬ ਆ ਤੁਹਾਡੀ, ਉਹਦੇ ਬਾਵਜੂਦ ਮੈਨੂੰ ਬੜੀ ਖੁਸ਼ੀ ਹੋਈ ਆ ਕਿ ਤੁਸੀਂ ਪੰਜਾਬੀ ਤੇ ਆਪਣੀਆਂ ਜਿੰਨੀਆਂ ਵੀਡੀਓ ਬਣਾਉਣੇ ਹੋ, ਤੁਹਾਡੀ ਪੰਜਾਬੀ ਬੜੀ ਸੋਹਣੀ ਆ। ਔਰ ਬਈ ਬਿਲਕੁਲ ਨੈਚੁਰਲ ਪੰਜਾਬੀ ਹਾਨੀ, ਜਿਹੜੀ ਸਾਡੀ ਆਪਣੀ ਜ਼ਬਾਨ, ਜਿੱਦਾਂ ਅਸੀਂ ਬੋਲਦੇ ਆ, ਕੋਈ ਇਹਦੇ ਵਿੱਚ ਕਮੀ ਪੇਸ਼ੀ ਨਹੀਂ ਕੀਤੀ। ਆਮ ਜਿਹੜੀ ਸਾਡੀ ਬੋਲੀ ਆ ਉਹਦੇ ਵਿੱਚ ਅਸੀਂ ਵੀਡੀਓ ਬਣਨਾ, ਉਦਾਂ ਹੀ ਅਸੀਂ ਗੱਲਬਾਤ। ਬਹੁਤ ਵਧੀਆ ਗੱਲ ਆ ਜੀ, ਤੁਹਾਡੇ ਅਧਿਕਾਰ ਅੜੇ, ਤੁਸੀਂ ਵੀ ਕੱਢ ਲਓ ਹੁਣ। ਨਹੀਂ ਜੀ, ਮੈਂ ਤਾਂ ਇਹ ਗੱਲ ਕਰਦਾ, ਜਿਹੜੀ ਪੰਜਾਬ ਆ ਨਾ ਸਾਡਾ, ਚੜ੍ਹਦਾ ਹੋਵੇ ਜਾਂ ਲਹਿੰਦਾ ਹੋਵੇ, ਪੰਜਾਬੀ ਜ਼ਬਾਨ ਸਾਡੀ ਨਾ ਬੜਾ ਵੱਡਾ ਵਿਰਸਾ ਵਾ। ਇਹਦੇ ਤੋਂ ਬਗੈਰ ਅਸੀਂ ਇਹ ਕਾਨੇ ਦੇ ਨਹੀਂ ਤੇ ਪੱਗਾਂ ਸਾਡੀਆਂ ਪਛਾਣਾਂ ਪਛਾਣ ਤੇ ਅਫਸੋਸ ਇਹਨਾਂ ਗੱਲਾਂ ਤੇ ਹੁੰਦਾ ਵਾ ਵੀ ਹੁਣ ਇਹ ਪੱਗਾਂ ਨੂੰ ਲੋਕ ਨਾ ਟੀਚਰਾਂ ਤੇ ਮਜ਼ਾਕ ਲੱਗ ਪਿਆ ਕਰਨ, ਹਾਲਾਂਕਿ ਚੜ੍ਹਦਾ ਪੰਜਾਬ ਤਾਂ ਪੱਗਾਂ ਦੇ ਵਿੱਚ ਹਾਲੇ ਵੀ ਪਹਿਲੇ ਨੰਬਰ। ਬਿਲਕੁਲ ਇਹੀ ਗੱਲ, ਤੇ ਸਾਡੇ ਅਫਸੋਸ ਆ ਇੱਧਰ ਲੋਕ ਪੱਗ ਵਾਲੇ ਬੰਦੇ ਨੂੰ ਜਾਣੀ ਅਜੀਬ ਜਿਹਾ ਦੇਖਦੇ ਆ ਵੀ ਇਹ ਖਰੇ ਕੀ ਕਰਦਾ ਸਾਡੇ। ਦੇਖੋ ਜੀ, ਪੱਗ ਜਿਹੜੀ ਨਾ ਕੁੱਲਾ ਜਿਹਨੂੰ ਆਪਾਂ ਕਹਿੰਦੇ, ਸਾਡੇ ਬਜ਼ੁਰਗ ਬੰਨਦੇ ਹੁੰਦੇ ਸੀ ਕੁੱਲਾ, ਉਹ ਇੱਕ ਬੜਾ ਤੁਰਲੇ ਵਾਲੀ ਪੱਗ, ਬੜਾ ਇੱਕ ਨਾਂ ਹੁੰਦਾ ਸੀ ਬੰਦਾ ਨਾ, ਮੋਹਤਬਰ ਇਲਾਕੇ 'ਚ ਗਿਣਿਆ ਜਾਂਦਾ ਸੀ ਵਿਆਹਾਂ ਸ਼ਾਦੀਆਂ, ਜਦੋਂ ਉਹਨੂੰ ਪੰਨਣੀ ਬੰਨਣੀ ਪੱਗ ਤੇ ਜਾਣਾ ਪਤਾ ਲੱਗਣਾ ਕਿ ਉਹ ਚੌਧਰੀ ਆ। ਹੁਣ ਕੀ ਕੀਤਾ, ਸਾਡੇ ਪੰਜਾਬ ਦੇ ਵਿੱਚ ਹੀ ਹੋਟਲਾਂ ਦੇ ਅੱਗੇ ਤੁਰਲੇ ਵਾਲੇ ਬੰਦੇ ਖੜੇ ਕੀਤੇ, ਜਿਹੜਾ ਤੁਹਾਡਾ ਦਰਵਾਜ਼ਾ ਖੋਲ। ਬਿਲਕੁਲ, ਇਹ ਕਿੱਡੀ ਵੱਡੀ ਤੁਹੀਨ ਆ, ਤੁਹੀਨ ਆ, ਬਿਲਕੁਲ ਪੰਜਾਬ ਦੀ ਤੁਹੀਨ ਆ ਬਾਈ। ਇਹ ਸਮਝ ਲਓ ਵੀ ਇੱਕ ਜਿਹੜੀ ਤੁਹਾਡੀ ਸਕਾਫਤ ਆ, ਇੱਕ ਵਿਰਸਾ ਆ, ਉਹਨੂੰ ਤੁਸੀਂ ਉਹਦੀ ਇਨਸਲਟ ਕਰ ਰਹੇ ਆ, ਥਰਡ ਕਲਾਸ ਬਣਾਤਾ ਉਹਨੂੰ। ਅਗਰ ਉਹ ਬਿਲਕੁਲ ਤੁਸੀਂ ਸਕਾਫਤ ਦੇ ਨਜ਼ਰੀਏ ਨਾਲ ਕਰਦੇ ਤਾਂ ਫਿਰ ਜਿਹੜਾ ਉੱਥੇ ਮੈਨੇਜਰ ਖੜਾ ਉਹ ਵੀ ਪੱਗ ਬੰਨੇ, ਉਹੀ ਤੁਰਲੇ ਵਾਲੀ ਬੰਨੇ, ਜਿਹੜੇ ਉਹਦਾ ਜਿਹੜਾ ਮਾਲਕ ਆ ਨਾ ਉਹ ਵੀ ਉੱਥੇ ਪੱਗ ਬੰਨ ਕੇ ਆਵੇ, ਫਿਰ ਕਹਾਂਗੇ ਯਾਰ ਇਹ ਪੰਜਾਬੀ ਦਾ ਪ੍ਰਚਾਰ ਕਰ ਰਿਹਾ ਹੈ। ਪੱਗ ਤੇ ਅਗਰ ਦੇਖਿਆ ਜਾਏ ਨਾ, ਪੱਗ ਤਾਂ ਬਈ ਬੰਦਿਆਂ ਦੀ ਇੱਜ਼ਤ ਦੀ ਨਿਸ਼ਾਨੀ ਹੈ। ਪੱਗਾਂ ਜਿਹੜੀਆਂ ਬੰਦਿਆਂ ਨੂੰ ਕਤਲਾਂ ਤੋਂ ਬਰੀ ਕਰਾਉਂਦੀਆਂ, ਮੈਂ ਦੇਖੀਆਂ ਪੱਗਾਂ, ਬਿਲਕੁਲ ਬਿਲਕੁਲ ਇਦਾਂ ਹੀ ਆ, ਰੁੱਸੀਆਂ ਹੋਈਆਂ ਜਨਾਨੀਆਂ ਪੱਗਾਂ ਤੋੜ ਦਿੰਦੇ, ਪੱਗਾਂ ਤੋੜ ਦਿੰਦੀਆਂ ਜਦੋਂ ਲਾਂਦੇ ਆ। ਹਾਂ ਬਿਲਕੁਲ ਇਹੀ ਗੱਲ, ਸੁਣਦੇ ਨੀ ਵੀ ਘਰ ਨਹੀਂ ਵਸ ਰਿਹਾ ਸੀ, ਉਹਨਾਂ ਨੇ ਆਪਣੀ ਪੱਗ ਰੱਖਤੀ। ਇਹ ਆਖਰੀ ਹਥਿਆਰ ਆ, ਆਖਰੀ, ਇਸ ਤੋਂ ਪਰੇ ਬਈ ਇਤੋਂ ਬੰਦਾ ਆਪਣੀ ਇੱਜ਼ਤ ਜਿਹੜੀ ਨਾ ਨਹੀਂ ਕਿਸੇ ਦੇ ਪੈਰਾਂ 'ਚ ਰੱਖ ਸਕਦਾ, ਇਹ ਸਮਝਦੇ ਆ ਵੀ ਇੱਜ਼ਤ ਆ ਨਾ ਬਈ। ਹਾਂ, ਤਾਜ ਆ ਸਿਰ ਦਾ। ਉਹ ਇੱਕ ਨਾ ਪੀਰ ਸੀਗਾ ਤੇ ਉਹਦਾ ਨਾ ਮਰੀਜ਼ ਆ ਗਿਆ, ਉਹਨੇ ਬੜੀ ਸੇਵਾ ਕੀਤੀ ਪੀਰ ਦੀ, ਬੜਾ ਘੁੱਟਿਆ ਨੱਪਿਆ, 2-4 ਮਹੀਨੇ ਸੇਵਾ ਕੀਤੀ ਤੇ ਉਹਦਾ ਕਿਤੇ ਇੱਕ ਦਿਨ ਮੌਤ 'ਚ ਬੈਠਾ ਸੀ ਪੀਰ। ਕਹਿੰਦਾ ਵੀ ਦੱਸ ਵੀ ਮਲੰਗਾ ਕੀ ਚਾਹੀਦਾ, ਉਹਨੇ ਕਿਹਾ ਨਹੀਂ ਸ਼ਾਹ ਜੀ ਤੁਹਾਡਾ ਦਿੱਤਾ ਸਭ ਕੁਛ ਹੀ ਆ। ਉਹਨੇ ਕਿਹਾ ਨਹੀਂ ਉਹ ਨਹੀਂ, ਅੱਜ ਮੈਂ ਵੀ ਮੌਤ 'ਚ ਮੰਗ ਲਾ ਕੁਛ। ਉਹਨੇ ਕਿਹਾ ਵੀ ਸ਼ਾਹ ਜੀ ਆ ਪੱਗ ਆਪਣੀ ਦੇ ਦਿਓ। ਪੱਗ ਵਾਵਾ ਵੱਡੀ ਸੀ, ਉਹਨੇ ਵੀ ਸੋਚਿਆ ਮਾੜੇ ਬੰਦਿਆਂ ਨਿਆਣਿਆਂ ਦੇ ਕੱਪੜੇ ਕੁਪੜੇ ਸੀ ਲਾਂਗੇ, ਟੋਟੇ ਚਾਹ ਲਾ ਲੂ ਕੇ ਬੁੱਤਾਂ ਮਾਰ ਲਾਂਗੇ। ਤੇ ਉਹਨੇ ਨਾ ਪੱਗ ਆਪਣੀ ਦੇ ਦਿੱਤੀ, ਉਹਨੇ ਨਾ ਦਵਾ ਦਾ ਭਾਈ ਉਹ ਰੱਖੀ ਆਪਣੇ ਬੈਗ ਜਿਹਾ ਦੇ ਵਿੱਚ ਤੇ ਲੈ ਕੇ ਘਰੇ ਚਲਾ ਗਿਆ। ਉਹ ਜਦੋਂ ਘਰੇ ਜਾ ਕੇ ਨਾ ਉਹਨੇ ਨਾ ਰੋਟੀ ਛੋਟੀ ਖਾ ਕੇ ਦਵਾ ਦਾ ਪੱਗ ਖੋਲੀ, ਉਹਨੇ ਕਿਹਾ ਸਾਰੇ ਨਿਆਣਿਆਂ ਦੇ ਕੱਪੜੇ ਬਣ ਜਾਣੇ ਆ। ਉਹ ਜਦੋਂ ਦੇਖਿਆ ਤੇ ਉਤਲੇ 2 ਵਾਰ ਚੰਗੇ ਅੰਦਰੋਂ, ਬਾਕੀ ਸਾਰੀ ਪਾਰਟੀ ਹੋਈ। ਤੇ ਉਹਨੇ ਨਾ ਅਗਲੇ ਦਿਨ ਪੱਗ ਚੱਕੀ ਤੇ ਉਦਾਂ ਹੀ ਲਿਆ ਕੇ ਨਾ ਸ਼ਾਹ ਜੀ ਉਹਨਾਂ ਕੋਲ ਰੱਖ ਦਿੱਤੀ ਤੇ ਕਹਿੰਦਾ ਸ਼ਾਹ ਜੀ ਆ ਪੱਗ ਲੈ ਲਓ। ਉਹ ਕਹਿੰਦਾ ਕੀ ਹੋਇਆ ਹੁਣ ਮੌਣ ਆ ਗਿਆ? ਕਹਿੰਦਾ ਜੀ ਇਹ ਸਾਰੀ ਰਾਤ ਲਾ ਇਲਾ ਕਰਦੀ ਰਹੀ। ਤੇ ਉਹਨੇ ਕਿਹਾ ਗਾਹ ਨਹੀਂ ਸੀ ਕੁਛ ਕਹਿੰਦੀ? ਕਹਿੰਦੀ ਕਹਿੰਦਾ ਨਹੀਂ ਜੀ, ਉਹਨਾਂ ਤੋਂ ਇਹ ਪਹਿਲਾਂ ਦੀ ਆ। ਤੇ ਉਹਦਾ ਅਸੀਂ ਭਾਈ ਨਵੀਆਂ ਹੀ ਬੰਨੀਆਂ, ਸਾਡੀਆਂ ਨਵੀਆਂ ਹੀ ਆ ਬਈ, ਇਸ ਦੌਰ ਦੀਆਂ ਹੀ ਆ ਸਾਡੀਆਂ। ਤੇ ਇਹ ਭਾਈ ਪੱਗਾਂ ਬੜੇ ਵਿਰਸੇ ਆ। ਸਹੀ ਗੱਲ ਆ, ਅਸੀਂ ਤਾਂ ਕਹਿੰਦੇ ਆ ਚਲੋ ਅਸੀਂ ਤੇ ਹਾਲੇ ਯਾਰ ਇੱਕ ਮਿਸਾਲ ਆ ਲੁਧਿਆਣੀਆਂ ਜਾਂ ਮੈਂ, ਅਸੀਂ ਕਿਹੜਾ ਕੋਈ ਬੁੱਢੇ ਆ ਜਾਂ ਸਿਆਣੇ ਆ ਜਾਂ ਭਾਈ ਨਾਸਰ ਆ।
ਜਵਾਨ ਆਦਮੀ ਤਕਰੀਬਨ ਰਲਦੇ ਮਿਲਦੇ ਉਮਰ ਦੇ ਆ, ਕੋਈ ਦੋ ਚੌਂ ਚੌਂ ਸਾਲਾਂ ਦਾ ਸਾਡਾ ਫਰਕ ਹੋ, ਬਿਲਕੁਲ। ਪਰ ਦੇਖ ਲਓ ਅਸੀਂ ਵਿਸਰੇ ਨੂੰ ਲਈ ਫਿਰਦੇ, ਇਹੀ ਗੱਲ ਤੇ ਗੱਲ ਚਲਾ ਰਹੇ ਹਾਂ ਤੇ ਅਸੀਂ ਕਹਿੰਦੇ ਹਾਂ ਜਿੱਥੇ ਜਿੱਥੇ ਤੱਕ ਸਾਡੀ ਆਵਾਜ਼ ਜਾਂਦੀ ਆ ਨਾ, ਇਹਨਾਂ ਗੱਲਾਂ ਤੇ ਗੌਰ ਰੱਖੋ। ਅੱਲਾ ਖੈਰ ਕਰੇ, ਪੱਗ ਬੰਨਣ ਦੇ ਨਾਲ ਇੱਜ਼ਤ ਹੀ ਵਧੂਗੀ, ਪੰਜਾਬੀ ਬੋਲਣ ਦੇ ਨਾਲ ਇੱਜ਼ਤ ਵਧੂਗੀ। ਪੱਗ ਦੇ ਨਾਲ ਤੁਹਾਡਾ ਕੱਦ ਵੀ ਵੱਧਦਾ ਆ, ਤੁਹਾਡਾ ਰੋਹ ਵੀ ਵੱਧਦਾ, ਦਬਦਬਾ ਵੱਧਦਾ, ਔਰ ਤੁਸੀਂ ਪੱਗ ਲਾ ਕੇ, ਪੱਗ ਬੰਨਣ ਵਾਲਾ ਬੰਦਾ ਜਦੋਂ ਪੱਗ ਤੋਂ ਬਗੈਰ ਜਾਏਗਾ ਨਾ, ਉਹ ਇੱਕ ਭੋਡਾ ਜਿਹਾ ਲੱਗੇਗਾ ਬਾਈ। ਮੈਂ ਤੇ ਦੇਖਿਆ, ਸੋਹਣਾ ਨਹੀਂ ਲੱਗੇਗਾ। ਮੈਂ ਤੇ ਦੇਖਿਆ, ਮੈਂ ਵੀ ਪੱਗ ਬੰਨਦਾ, ਬੰਦੇ ਦੇਖਦੇ ਆ, ਤਵੱਜੋ ਬਣਦੀ ਆ ਬੰਦੇ। ਇੱਕ ਮੈਂ ਵੀਡੀਓ ਦੇਖੀ ਆ, ਮੁੰਡਾ ਇੱਕ ਸਾਡਾ ਪੰਜਾਬੀ ਗਿਆ ਉੱਥੇ ਦੁਬਈ, ਉਹਨੇ ਆਪਣਾ ਪੰਜਾਬੀਆਂ ਦਾ ਲਿਬਾਸ ਪਾਇਆ, ਖੁੱਸਾ ਪਾਇਆ, ਧੋਤੀ ਬੰਨੀ ਹੋਈ ਆ, ਨਾਲ ਕਮੀਜ਼, ਪੱਗ ਬੰਨੀ ਆ। ਉਹਦੇ ਨਾਲ ਜਿਹੜੇ ਦੂਸਰੇ ਆ ਅੰਗਰੇਜ਼ ਆ ਜਾਂ ਦੂਸਰੇ ਮੁਲਕਾਂ ਦੇ ਬੰਦੇ ਆ, ਤਸਵੀਰਾਂ ਬਣਾ ਰਹੇ, ਵੀਡੀਓ ਬਣਾ ਰਹੇ, ਫੋਟੋ ਬਣਾ ਰਹੇ। ਸਹੀ ਗੱਲ ਵਾ, ਇੱਜ਼ਤ ਹੈ ਬਹੁਤ। ਬਾਕੀ ਜੀ ਸਾਡੇ ਨਾਲ ਸੀਗੇ ਜੀ ਪਾਸ਼ਾ ਜੱਟ ਸਾਹਿਬ ਜਲੰਧਰ ਤੋਂ, ਅਸਦ ਬਾਈ ਇਹ ਲੁਧਿਆਣਵੀ ਆ ਜੀ। ਮੈਨੂੰ ਵੀ ਤੁਸੀਂ ਜਾਣਦੇ ਆ ਹੁਸ਼ਿਆਰਪੁਰ ਜ਼ਿਲ੍ਹਾ ਆਪਣਾ, ਪੰਜਾਬ ਤੇ ਪੰਜਾਬੀਅਤ ਤੇ ਪੰਜਾਬੀ ਕਲਚਰ ਤੇ ਗੱਲ ਕੀਤੀ ਆ। ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗੀ ਹੋਵੇਗੀ। ਜੇ ਕੋਈ ਕਮੀ ਪੇਸ਼ੀ ਰਹਿ ਗਈ ਜਾਂ ਕੋਈ ਹੋਰ ਸਵਾਲ ਕਰਨੇ ਚਾਹੀਦੇ ਸਾਨੂੰ, ਕਿਸੇ ਹੋਰ ਟੌਪਿਕ ਤੇ ਪੰਜਾਬੀ ਨੂੰ ਲੈ ਕੇ ਗੱਲ ਕਰਨੀ ਚਾਹੀਦੀ ਆ, ਤੇ ਉਹ ਵੀ ਸਾਨੂੰ ਤੁਸੀਂ ਕਮੈਂਟ ਰਾਹੀਂ ਦੱਸ ਸਕਦੇ ਹਾਂ। ਅਸੀਂ ਉੱਥੇ ਵੀ ਕੋਈ ਅੱਗੋਂ ਨਵੀਂ ਵੀਡੀਓ ਬਣਾਵਾਂਗੇ ਜੀ। ਜੁੜੇ ਰਹੋ ਜੀ, ਰੱਬ ਰਾਖਾ।